ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਆਪਣੀ ਅੱਜ ਦੀ ਕਹਾਣੀ ਦਾ ਨਾਮ ਹੈ ਗੋਲ ਗੋਲ ਗੋਲੂ। ਅੱਛਾ, ਮੈਨੂੰ ਇਹ ਦੱਸੋ, ਕਹਾਣੀ ਦਾ ਨਾਮ ਸੁਣ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਕਹਾਣੀ ਵਿੱਚ ਕੀ ਹੋਵੇਗਾ? ਚਲੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਜੀ ਹਾਂ, ਮੈਂ ਗੋਲ ਗੋਲ ਗੋਲੂ ਹਾਂ। ਮੈਂ ਹਾਂ ਬੜਾ ਸੋਹਣਾ, ਹਰ ਕੋਈ ਮੈਨੂੰ ਪਿਆਰ ਕਰਦਾ ਹੈ। ਤੁਸੀਂ ਮੈਨੂੰ ਕਿਤੇ ਵੀ ਅਤੇ ਕਦੇ ਵੀ ਦੇਖ ਸਕਦੇ ਹੋ। ਸੂਰਜ ਵੀ ਮੇਰੇ ਵਰਗਾ ਹੈ। ਜਦੋਂ ਧੁੱਪ ਬਹੁਤ ਤੇਜ਼ ਹੁੰਦੀ ਹੈ, ਤੁਹਾਨੂੰ ਛਤਰੀ ਦੀ ਯਾਦ ਆਉਂਦੀ ਹੈ। ਛਤਰੀ ਕਿਹੋ ਜਿਹੀ ਹੁੰਦੀ ਹੈ? ਅੱਧੀ ਗੋਲ। ਰਾਤ ਨੂੰ ਕਾਲੇ ਅਸਮਾਨ ਵਿੱਚ ਮੁਸਕਰਾਉਂਦਾ ਚੰਦ ਮੇਰਾ ਰੂਪ ਹੈ। ਦਰਖਤ ਉੱਤੇ ਬੈਠੇ ਉੱਲੂ ਦੀਆਂ ਚਮਕੀਲੀਆਂ ਅੱਖਾਂ ਵੀ ਮੇਰੇ ਵਰਗੀਆਂ ਹਨ। ਮੈਨੂੰ ਫਲਾਂ ਨੇ ਆਪਣਾ ਦੋਸਤ ਬਣਾਇਆ। ਤਰਬੂਜ, ਸੇਬ, ਸੰਤਰੇ, ਟਮਾਟਰ ਅਤੇ ਛੋਟਾ ਜਿਹਾ ਨਿੰਬੂ ਸਭ ਦੇ ਸਭ ਮੇਰੇ ਵਰਗੇ ਹਨ। ਮਿੱਠੀਆਂ ਮਿੱਠੀਆਂ ਮਠਿਆਈਆਂ, ਰਸਗੁੱਲਾ, ਗੁਲਾਬ ਜਾਮਨ, ਲੱਡੂ, ਜਲੇਬੀ ਮੇਰੇ ਵਰਗੇ ਦਿਸਦੇ ਹਨ। ਚੀਤਾ, ਹਿਰਨ, ਕਈ ਤਰ੍ਹਾਂ ਦੀਆਂ ਤਿੱਤਲੀਆਂ ਅਤੇ ਕੀੜਿਆਂ ਨੂੰ ਮੈਂ ਸਜਾਇਆ ਹੈ। ਖੇਡ ਦੇ ਮੈਦਾਨ ਵਿੱਚ ਵੀ ਮੈਂ ਤੁਹਾਨੂੰ ਮਿਲਾਂਗਾ। ਗੇਂਦ ਨੂੰ ਤੁਸੀਂ ਦੌੜ ਕੇ ਫੜ ਸਕਦੇ ਹੋ, ਜ਼ੋਰ ਨਾਲ ਦੂਰ ਸੁੱਟ ਸਕਦੇ ਹੋ, ਪਰ ਮੈਨੂੰ ਬੁਰਾ ਨਹੀਂ ਲੱਗਦਾ। ਖੇਡ ਤਾਂ ਖੇਡ ਹੈ, ਇੱਥੇ ਸਭ ਖੁਸ਼ ਹਨ ਅਤੇ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ। ਤਰ੍ਹਾਂ ਤਰ੍ਹਾਂ ਦੇ ਵਾਹਨ ਮੇਰੇ ਬਿਨਾਂ ਚੱਲ ਨਹੀਂ ਸਕਦੇ, ਸਭ ਨੂੰ ਮੇਰੀ ਜ਼ਰੂਰਤ ਹੈ। ਪਰ ਇੱਕ ਜਗ੍ਹਾ ਹੈ ਜਿੱਥੇ ਤੁਸੀਂ ਮੈਨੂੰ ਦੇਖ ਕੇ ਖੁਸ਼ ਨਹੀਂ ਹੁੰਦੇ। ਰਿਪੋਰਟ ਕਾਰਡ ਉੱਤੇ ਮੈਂ ਦੇਖਾਂ ਤਾਂ ਤੁਸੀਂ ਦੁਖੀ ਹੋ ਜਾਂਦੇ ਹੋ। ਦੋਸਤੋ, ਮੈਨੂੰ ਦੁੱਖ ਹੈ, ਪਰ ਮੈਂ ਕੀ ਕਰ ਸਕਦਾ ਹਾਂ? ਇਸ ਦੇ ਲਈ ਤੁਹਾਨੂੰ ਹੀ ਮਿਹਨਤ ਕਰਨੀ ਪਵੇਗੀ। ਅੱਛਾ ਬੱਚਿਓ, ਕਿਵੇਂ ਦੀ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ? ਗੋਲੂ ਇਸ ਦੁਨੀਆ ਦੇ ਗੋਲ ਗੋਲ ਨਜ਼ਾਰੇ ਦਿਖਾਉਂਦਾ ਹੈ। ਤੁਸੀਂ ਵੀ ਇਸ ਖੇਡ ਨੂੰ ਖੇਡ ਸਕਦੇ ਹੋ। ਤੁਸੀਂ ਆਪਣੇ ਆਸ ਪਾਸ ਨਜ਼ਰ ਮਾਰੋ ਕਿ ਤੁਹਾਨੂੰ ਕਿੰਨੇ ਗੋਲ ਨਜ਼ਰ ਆ ਰਹੇ ਹਨ। ਬਸ ਸਾਰੇ ਬੱਚੇ ਵਾਰੀ ਵਾਰੀ ਗੋਲੇ ਲੱਭੋ ਅਤੇ ਇਹਨਾਂ ਦੀ ਗਿਣਤੀ ਕਰੋ।